ਜੀ ਦੇ ਪਾਵਨ ਪਵਿੱਤਰ ਦਰ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਈਆਂ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ, ਇਹ ਗੁਰਦੁਆਰਾ ਸਾਹਿਬ ਆਏ ਨੇ ਕੀ ਸੋਚਦੇ ਨੇ, ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾ ਰਿਹਾ, ਇਹਨਾਂ ਦੀਆਂ ਭਾਵਨਾਵਾਂ ਕੈਸੀਆਂ ਨੇ? ਕੀ ਨਾਮ ਹੈ ਜੀ ਤੁਹਾਡਾ ਅਤੇ ਕਿੱਥੋਂ ਆਏ ਹੋ? ਅਕਾਲਪ੍ਰੀਤ ਕੌਰ ਮੇਰਾ ਨਾਮ ਹੈ, ਮੈਂ ਕੈਨੇਡਾ ਤੋਂ ਆਈ ਹਾਂ ਜੀ, ਟੋਰਾਂਟੋ ਤੋਂ। ਹਾਂਜੀ। ਕਦੋਂ ਦੇ ਕੈਨੇਡਾ 'ਚ ਵਸੇ ਹੋ ਤੁਸੀਂ ਜਾ ਕੇ? ਮੇਰਾ ਉੱਥੋਂ ਦਾ ਜਨਮ, ਮਤਲਬ ਕੁਵੈਤ ਦਾ ਜਨਮ ਆ, ਮੈਂ 1 ਸਾਲ ਦੀ ਸੀਗੀ ਜਦੋਂ ਉੱਥੇ ਮੂਵ ਹੋਏ ਸੀਗੇ। ਤੁਹਾਡੀ ਪੂਰੀ ਫੈਮਿਲੀ ਕੈਨੇਡਾ 'ਚ? ਹਾਂਜੀ ਹਾਂਜੀ। ਤੁਸੀਂ ਹੁਣ ਪਹਿਲੀ ਵਾਰ ਆਏ ਹੋ ਇੱਥੇ ਪੰਜਾਬ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਵੀ ਕਦੇ ਆਏ? ਨਹੀਂ ਜੀ, ਮੈਂ ਬਹੁਤ ਵਾਰੀ ਆਈ ਹਾਂ ਪੰਜਾਬ 'ਚ। ਹਾਂਜੀ। ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾ ਰਿਹਾ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ, ਨਾਨਕ ਨਾਮ ਲੇਵਾ ਵਸਦੇ ਨੇ, ਉਹ ਵਿਸ਼ੇਸ਼ ਤੌਰ 'ਤੇ ਆਪਣੇ ਆਪਣੇ ਪੱਧਰ 'ਤੇ ਸਮਾਗਮ ਕਰ ਰਹੇ ਨੇ। ਹਾਂਜੀ। ਤੁਸੀਂ ਕੀ ਸੋਚਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਦਿਹਾੜੇ ਬਾਰੇ? ਮੈਂ ਕਹਿੰਦੀ ਵੀ ਗੁਰੂ ਨਾਨਕ ਪਾਤਸ਼ਾਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਵੀ ਗੁਰੂ ਸਾਹਿਬ ਦੀ ਇੰਨੀ ਵਡਿਆਈ ਆ, ਗੁਰੂ ਸਾਹਿਬ ਦੀ ਸਾਰੀਆਂ ਸੰਗਤਾਂ ਨੂੰ ਵੇਖ ਕੇ ਇੰਨੀ ਜੈ ਜੈਕਾਰ ਵੇਖ ਕੇ ਅਤੇ ਮਾਣ ਆਉਂਦਾ ਆਪਣੇ ਗੁਰੂ 'ਤੇ, ਵੀ ਧੰਨ ਗੁਰੂ ਨਾਨਕ ਤੁਹਾਡੇ ਪਿੱਛੇ ਅਸੀਂ ਵੀ ਮਾੜੇ ਮੋਟੇ ਕੀੜੇ ਤੁਰੇ ਫਿਰਨ ਡੇ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾ ਰਿਹਾ ਅਤੇ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਲਿਖਿਆ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ, ਔਰਤਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਗਿਆ। ਅਤੇ ਹੁਣੇ ਹੁਣੇ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਹੋਇਆ, ਉਹ ਚਰਚਾ ਕੀਤੀ ਗਈ ਕਿ ਜਿਹੜੀਆਂ ਔਰਤਾਂ ਨੇ, ਇਸਤਰੀ ਜਾਤ ਹੈ, ਬੀਬੀਆਂ ਨੇ, ਉਹਨਾਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਦੋ ਧੜੇ ਨੇ, ਕੋਈ ਕਹਿੰਦੇ ਨੇ ਇਜਾਜ਼ਤ ਹੋਣੀ ਚਾਹੀਦੀ ਹੈ, ਕੋਈ ਕਹਿੰਦਾ ਇਜਾਜ਼ਤ ਨਹੀਂ ਹੋਣੀ ਚਾਹੀਦੀ। ਤੁਸੀਂ ਕੀ ਸੋਚਦੇ ਇਸ ਬਾਰੇ? ਮੈਂ ਸੋਚਦੀ ਹਾਂ ਵੀ ਬਿਲਕੁਲ ਇਜਾਜ਼ਤ ਹੋਣੀ ਚਾਹੀਦੀ ਆ। ਗੁਰੂ ਨਾਨਕ ਪਾਤਸ਼ਾਹ ਦੀ ਸਾਰੀ ਬਾਣੀ ਪੜ੍ਹੋ, ਗੁਰੂ ਸਾਹਿਬ ਨੇ ਬਰਾਬਰਤਾ ਦਿੱਤੀ ਇੱਕ ਔਰਤ ਨੂੰ, ਸਭ ਤੋਂ ਵੱਡੇ ਰਾਜੇ ਵੀ, ਸਭ ਤੋਂ ਵੱਡੇ ਗੁਰੂ ਵੀ, ਭਗਤ ਵੀ, ਸਾਰੇ ਇੱਕ ਔਰਤ ਤੋਂ ਹੀ ਪੈਦਾ ਹੁੰਦੇ ਆ, ਹੈ ਨਾ। ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੀਬੀਆਂ ਇੰਨੀਆਂ ਚੜ੍ਹਦੀ ਕਲਾ ਵਾਲੀਆਂ ਸਿੰਘਣੀਆਂ ਹੈਗੀਆਂ, ਜਿਹਨਾਂ ਨੂੰ ਕੀਰਤਨ ਆਉਂਦਾ ਵੀ ਹੈ, ਰਾਗਾਂ ਦੇ ਵਿੱਚ ਵੀ ਸਾਰਾ ਗਿਆਨ ਹੁੰਦਾ ਉਹਨਾਂ ਨੂੰ, ਅਤੇ ਉਹਨਾਂ ਦੇ ਦਿਲ 'ਚ ਜ਼ਰੂਰ ਹੋਊਗਾ ਵੀ ਅਸੀਂ ਵੀ ਕੀਰਤਨ ਕਰੀਏ ਗੁਰੂ ਦੇ ਦਰਬਾਰ ਦੇ ਵਿੱਚ। ਅਤੇ ਆਈ ਥਿੰਕ ਵੀ 100% ਆਗਿਆ ਹੋਣੀ ਚਾਹੀਦੀ ਬੀਬੀਆਂ ਵਾਸਤੇ। ਤੁਹਾਨੂੰ ਕੀਰਤਨ ਆਉਂਦਾ, ਤੁਸੀਂ ਕੀਰਤਨ ਕਰ ਲੈਂਦੇ ਹੋ? ਹਾਂਜੀ, ਬਸ ਗੁਰੂ ਸਾਹਿਬ ਦੀ ਕਿਰਪਾ ਨਾਲ ਕਰ ਲਈਦਾ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਰਤਾਰਪੁਰ ਸਾਹਿਬ ਦੀ। ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੜੇ ਸਮੇਂ ਤੋਂ ਸਿੱਖ ਸੰਗਤਾਂ ਅਰਦਾਸ ਕਰਦੀਆਂ ਸਨ, ਵਿਛੜੇ ਗੁਰਧਾਮਾਂ ਦੀ ਅਰਦਾਸ ਅੱਜ ਵੀ ਕੀਤੀ ਜਾਂਦੀ ਹੈ। ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ, ਸੰਗਤਾਂ ਵਿੱਚ ਉਤਸ਼ਾਹ ਹੈ, ਤੁਸੀਂ ਕੀ ਕਹੋਗੇ ਇਸ 'ਤੇ? ਮੈਂ ਕਹਿੰਦੀ ਵੀ ਬਹੁਤ ਵਧੀਆ ਗੱਲ ਹੈ, ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਗਈਆਂ, ਔਰ ਮੈਂ ਕਹਿੰਦੀ ਵੀ ਇੰਨਾ ਪਿਆਰ ਬਣੇ ਹਰ ਧਰਮ ਦੇ ਵਿੱਚ, ਭਾਵੇਂ ਮੁਸਲਿਮ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਕੋਈ ਵੀ ਹੋਵੇ, ਇੰਨਾ ਪਿਆਰ ਬਣਿਆ ਚਾਹੀਦਾ ਅਤੇ ਸਾਰੇ ਬਾਰਡਰ ਖੋਲ੍ਹਣੇ ਚਾਹੀਦੇ। ਇਹ ਸਾਰੀਆਂ ਹੱਦਾਂ ਅਸੀਂ ਬਣਾਈਆਂ, ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਤੋਂ ਤੋੜਿਆ ਸੀਗਾ। ਹਾਂਜੀ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਜਾ ਰਿਹਾ, ਬੜੇ ਨਗਰ ਕੀਰਤਨ ਹੋਏ, ਬੜੇ ਬੜੇ ਧਾਰਮਿਕ ਦੀਵਾਨ ਕੀਤੇ ਗਏ, ਸੰਗਤਾਂ ਨੇ ਵੱਧ ਚੜ੍ਹ ਕੇ ਲੰਗਰ ਵੀ ਲਗਾਏ ਹੋਏ ਨੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਸ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਦੇ ਲਈ ਸਹੀ ਤੌਰ ਤਰੀਕੇ ਕੀ ਨੇ? ਉਹਦਾ ਤਰੀਕਾ ਇਹੀ ਆ ਵੀ ਪ੍ਰੈਕਟੀਕਲੀ ਹਰ ਸਿੱਖ ਨੂੰ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇੱਕ ਇੱਕ ਘਰ ਦੇ ਵਿੱਚ ਇਹ ਪ੍ਰਚਾਰ ਹੋਊਗਾ ਅਤੇ ਸਾਰੀ ਦੁਨੀਆ ਵਿੱਚ ਆਪੇ ਫੈਲ ਜੂਗਾ। ਬਾਕੀ ਮੀਡੀਆ ਦਾ ਯੁੱਗ, ਇੰਟਰਨੈਟ ਹੈਗਾ, ਸਾਰਾ ਕੁਛ ਉਹਦੇ ਵਿੱਚ ਹੀ ਅਪਲੋਡ ਹੋਈ ਜਾਂਦਾ ਅਤੇ ਦੇਸ਼ ਪ੍ਰਦੇਸ਼ ਸਾਰੇ ਗੁਰੂ ਨਾਨਕ ਦੀ ਜਿਹੜੀ ਸਿੱਖਿਆ ਸਾਰੇ ਪਾਸੇ ਹੀ ਫੈਲੀ ਆ। ਹਾਂਜੀ। ਇੱਕ ਸਵਾਲ ਹੋਰ, ਤੁਸੀਂ ਕੈਨੇਡਾ ਤੋਂ ਆਏ ਹੋ, ਕੈਨੇਡਾ 'ਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਨੇ, ਇਹ ਪੰਜਾਬ ਦੀ ਧਰਤੀ ਹੈ, ਇੱਥੇ ਤਾਂ ਹੈ ਹੀ ਪੰਜਾਬੀ ਸਾਰੇ, ਉੱਥੋਂ ਦੇ ਸਿੱਖਾਂ ਦੇ ਵਿੱਚ ਅਤੇ ਇੱਥੋਂ ਦੇ ਸਿੱਖਾਂ ਵਿੱਚ ਕੀ ਫਰਕ ਲੱਗਦਾ ਤੁਹਾਨੂੰ? ਉੱਥੋਂ ਦੇ ਸਿੱਖਾਂ ਦੇ ਵਿੱਚ ਅਤੇ ਇੱਥੋਂ ਦੇ ਸਿੱਖਾਂ ਦੇ ਵਿੱਚ ਫਰਕ ਆ, ਬੀਬੀਆਂ ਦੇ ਵਿੱਚ ਅਤੇ ਸਿੰਘਾਂ ਦੇ ਵਿੱਚ ਮੈਂ ਥੋੜ੍ਹਾ ਕਹਿ ਸਕਦੀ ਹਾਂ। ਉੱਥੇ ਬਰਾਬਰਤਾ ਦਿੱਤੀ ਆ ਗੁਰਦੁਆਰੇ ਸਾਹਿਬਾਂ ਦੇ ਵਿੱਚ, ਸਾਰੀਆਂ ਬੀਬੀਆਂ ਕੀਰਤਨ ਵੀ ਕਰਦੀਆਂ, ਉੱਥੇ ਸੇਵਾ ਵੀ ਕਰਦੀਆਂ। ਇੱਥੇ ਕੁਛ ਗੁਰਦੁਆਰੇ ਸਾਹਿਬਾਂ ਦੇ ਵਿੱਚ ਜਿੱਦਾਂ ਸੱਚਖੰਡ ਹਰਿਮੰਦਰ ਸਾਹਿਬ, ਬੀਬੀਆਂ ਲੰਗਰ ਦੀ ਸੇਵਾ ਵੀ ਨਹੀਂ ਵਰਤਾ ਨਹੀਂ ਸਕਦੇ ਲੰਗਰ, ਸਿੰਘ ਸਾਹਿਬ ਦੀ ਡਿਊਟੀ ਜਿਹੜੀ ਉਹ ਸਿਰਫ ਸਿੰਘਾਂ ਨੂੰ ਦਿੱਤੀ ਹੈ, ਬੀਬੀਆਂ ਨੂੰ ਨਹੀਂ ਦਿੱਤੀ ਆ, ਇਸ ਚੀਜ਼ ਦਾ ਫਰਕ। ਬਾਕੀ ਸ਼ਰਧਾ ਹਰ ਸਿੱਖ ਦੇ ਵਿੱਚ ਹੈਗਾ, ਮੈਂ ਉੱਥੇ ਵੀ ਦੇਖਿਆ, ਇੱਥੇ ਵੀ ਦੇਖਿਆ। ਉੱਥੇ ਵੀ ਇਸੇ ਤਰੀਕੇ ਨਾਲ ਗੁਰਪੁਰਬ ਮਨਾਏ ਜਾਂਦੇ ਨੇ? ਇੰਨੀ ਗਿਣਤੀ 'ਚ ਨਹੀਂ ਹੈਗਾ, ਪਰ ਹਾਂਜੀ ਬਹੁਤ ਕਿਰਪਾ ਆ ਮਹਾਰਾਜ ਜੀ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸੰਗਤ ਹੈ ਇਹ ਵੱਖ ਵੱਖ ਥਾਵਾਂ ਤੋਂ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀ ਹੈ। ਬੀਬੀ ਨਾਲ ਸਿੰਘ ਗੱਲ ਕੀਤੀ, ਇਹਨਾਂ ਨੇ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸੰਬੰਧ ਵਿੱਚ ਵੀ ਗੱਲ ਕੀਤੀ ਅਤੇ ਨਾਲ ਨਾਲ ਇਹ ਵੀ ਦੱਸਿਆ ਕਿ ਕਰਤਾਰਪੁਰ ਲਾਂਘਾ ਜਿਹੜਾ ਖੁੱਲ੍ਹਿਆ ਉਸ ਦੀ ਖੁਸ਼ੀ ਹੈ ਅਤੇ ਬੀਬੀਆਂ ਨੂੰ ਜਿਹੜਾ ਕੀਰਤਨ ਕਰਨ ਦੇਣਾ ਚਾਹੀਦਾ ਸ੍ਰੀ ਦਰਬਾਰ ਸਾਹਿਬ ਵਿਖੇ, ਇਹਨਾਂ ਦਾ ਵਿਚਾਰ ਹੈ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਸੁਲਤਾਨਪੁਰ।